ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਮ ਦਾ ਮੀਡੀਆ ਇੰਡੀਆ ਤੇ ਅੱਜ ਅਸੀਂ ਆਏ ਹਾਂ ਸ਼੍ਰੀ ਭੈਣੀ ਸਾਹਿਬ ਤੇ ਸਾਡੇ ਨਾਲ ਨੇ ਸਤਿਗੁਰ ਜੀ ਦੀ ਸਾਖੀ ਸੁਣਾਉਣ ਗੁਰਵਿੰਦਰ ਸਿੰਘ ਜੀ ਲੁਧਿਆਣਾ ਡੁੱਗਰੀ ਤੋਂ ਜੀ ਸਤਿ ਸ਼੍ਰੀ ਅਕਾਲ ਜੀ ਧੰਸਾਉ ਜੀ ਜੀ ਸਿੰਘ ਸੱਚੇ ਬਾਦਸ਼ਾਹ ਇੱਕ ਸਾਖੀ ਮੈਂ ਸੁਣਾਉਣ ਲੱਗਿਆ ਜੀ ਸੱਚੇ ਬਾਦਸ਼ਾਹ ਦੀ ਇਹ ਮੈਨੂੰ ਹੱਦ ਬੀਤੀ ਹੋਈ ਹੈ ਮੇਰੀ ਬੇਟੀ 2-3 ਨੰਬਰਾਂ ਤੋਂ ਰਹਿ ਗਈ ਸੀਗੀ ਬੀ.ਐਸ.ਐਮ ਸਕੂਲ 'ਚ ਤੇ ਮੈਂ ਉਹਨਾਂ ਨੂੰ ਕਿਹਾ ਤੇ ਕੋਈ ਰਿਕਵੈਸਟ ਕੀਤੀ ਉਹਨਾਂ ਨੇ ਨਹੀਂ ਮੰਨੀ ਮੈਂ ਬਥੇਰੀਆਂ ਸ਼ੁਭਾਸ਼ਮਪਾਈਆਂ ਤੇ ਪਾਛਾ ਪੌਂਟ ਬਾਦ ਸਤੂ ਸੁਪਨਾ ਆਇਆ ਤੇ ਪਾਛਾ ਕਹਿੰਦੇ ਬਸ ਥੱਕ ਗਿਆ ਤੇ ਫਿਰ ਮੈਂ ਸਕੂਲ ਗਿਆ ਤੇ ਬੱਚੇ ਦੀ ਐਡਮਿਸ਼ਨ ਕਰਾਤੀ ਸੀ ਦੁਆਰਾ ਉਹੀ ਉਹੀ ਕਲਾਸ ਚ ਕਰਾਤੀ ਉਸ ਤੋਂ ਬਾਅਦ ਕੀ ਹੋਇਆ ਕਿ ਮੈਨਾਂ ਉੱਤੇ ਸੋਫਾ ਲੱਗਾ ਸੀਗਾ ਉੱਤੇ ਮੈਂ ਅੱਖ ਲੱਗੀ ਮੇਰੀ ਅੱਧੀ ਆ ਖੁੱਲੀ ਸੀ ਅੱਧੀ ਬੰਦ ਸੀ ਤੇ ਮੇਰਾ ਧਿਆਨ ਸੱਚ ਪਾਛਾ ਲੱਗ ਗਿਆ ਤੇ ਪਾਛਾ ਕਹਿੰਦੇ ਨੌਨ ਮੈਂ ਆਵਾ ਹਾਰ ਗਿਆ ਤੂੰ ਮੈਂ ਕਿਹਾ ਮੈਂ ਹਾਰ ਗਿਆ ਫਿਰ ਅੱਖ ਮੇਰੀ ਪਾਣੀ ਵਗਣ ਲੱਗ ਪਿਆ ਮੈਡਮ ਨੇ ਹਿਲਾਇਆ ਵੀ ਮੈਡਮ ਨੇ ਬਿਸਤਾਂਤ ਕਹਿੰਦੇ ਕੀ ਹੋਇਆ ਮਸਰ ਕੋਈ ਮੇਰੀ ਮੈਡਮ ਅੰਦਰ ਗਈ ਵਾਈਫ ਅੰਦਰ ਗਈ ਹੈ ਮੈਂ ਵੇਟ ਕਰ ਰਿਹਾ ਤੇ ਮੈਂ ਧਿਆਨ ਨਾਲ ਜੁਜੀ ਸਿੰਘ ਚੱਲ ਗਿਆ ਤੇ ਪਾਸ਼ਾ ਜੀ ਨਾ ਤੱਕ ਤੋਸ ਲੇਟੇ ਹੋਏ ਸੀਗੇ ਫਿਰ ਤੇ ਉਹ ਉਹ ਆਏ ਤੇ ਜੋ ਚੱਲੇ ਉਥੋਂ ਤੇ ਮੈਡਮ ਐਮਬੀਸੀਐਮ ਸਕੂਲ ਵਾਲੇ ਨਾ ਉਹ ਨਾ ਕਿ ਗੱਡੀ ਆਪਣੀ ਗੱਡੀ ਖੋਲੀ ਤੇ ਜਾ ਰਹੀ ਸੀਗੀ ਚੱਲਣ ਲੱਗੀ ਸੀ ਮੈਂ ਕਿਹਾ ਬਾਈ ਜੀ ਉਹ ਤਾਂ ਜਾਰੀ ਹੈ ਕਹਿੰਦਾ ਜਦ ਤੱਕ ਮੈਂ ਆਨਾ ਵਾ ਉਹ ਜਾਣੀ ਸਕਦੀ ਚਲੋ ਮੈਂ ਕਿਹਾ ਕੋਈ ਨਹੀਂ ਉਹ ਮੈਡਮ ਨੇ ਗੱਡੀ ਮੇਰੇ ਸਾਹਮਣੇ ਅੱਧੀ ਬੰਦ ਕੀਤੀ ਮੈਂ ਅੱਧਿਆ ਖੁੱਲੀ ਸੀ ਦੇਖ ਰਿਹਾ ਮੈਂ ਬੰਦ ਕੀਤੀ ਫੇਰ ਚੱਲ ਗਈ ਫਿਰ ਮੈਂ ਕਿਤੇ ਪਹੁੰਚ ਕੇ ਬਾਈ ਜੀ ਕਹਿੰਦੇ ਮੈਂ ਇਸ ਬਣਾ ਚੋਂ ਪਹੁੰਚ ਗਿਆ ਮੈਂ ਕਿਹਾ ਠੀਕ ਹੈ ਮੈਂ ਕਿਹਾ ਬਾਈ ਜੋ ਜਾ ਰਹੀ ਹੈ ਕਹਿੰਦੀ ਮੈਂ ਕਹਿੰਦਾ ਨਹੀਂ ਆਂਦੀ ਉਹ ਫਿਰ ਮੈਡਮ ਨੇ ਗੱਡੀ ਬੰਦ ਕੀਤੀ ਫਿਰ ਗਈ ਮੈਂ ਕਿਹਾ ਹੁਣ ਕਿੱਥੇ ਰਹਿ ਗਏ ਕਹਿੰਦਾ ਐਮਬੀਸੈਂਸ ਸਕੂਲ ਦੇ ਬਾਹਰ ਆ ਕੇ ਦੇਖ ਦਉਂਗਾ ਗੱਡੀ ਗੱਡੀ ਦੇਖੀ ਮੈਂ ਅੰਦਰ ਵੱਢ ਰਹੀ ਹੈ ਤੇ ਫਿਰ ਕਹਿੰਦੇ ਆ ਮੈਂ ਆ ਗਿਆ ਵਾਂ ਕਹਿੰਦੇ ਠੀਕ ਹੈ ਤੇ ਮੈਨੂੰ ਕਹਿੰਦੇ ਕੀ ਆ ਮੈਂ ਕਿਹਾ ਰੂਮ ਮੈਡਮ ਦਾ ਮੈਂ ਕਿਹਾ ਉਹ ਹੈ ਮੈਨੂੰ ਪਤਾ ਬਹਿ ਜਾ ਤੋਰੇ ਪਾਸ਼ਾ ਜੀ ਨੇ 15 ਮਿੰਟ ਲਾਏ ਲਾਉਣ ਤੋਂ ਬਾਅਦ ਆ ਕਿ ਫਿਰ ਦੇਖਿਆ ਪਸ ਕਹਿੰਦੇ ਤੂੰ ਜਾ ਤੇਰਾ ਕੰਮ ਹੋ ਗਿਆ ਮੈਂ ਕੰਮ ਕਿਵੇਂ ਹੋ ਗਿਆ ਮੈਂ ਬਹਿਜਮ ਕਰਾਤੇ ਕਹਿੰਦੇ ਤੂੰ ਜਾ ਤੈਨੂੰ ਕਹਤਾ ਜਾ ਉਦੋਂ ਵੀ ਮੈਂ ਆਪਣੇ ਆਪਣੇ ਫੈਕਟਰੀ ਆਪਣੇ ਬੈਗ ਜੱਕਿਆ ਰੋਟੀ ਵਾਲਾ ਤੇ ਨਰਾਸ਼ ਹੋ ਕੇ ਫੈਕਟਰੀ ਪਹੁੰਚ ਗਿਆ ਆਪਣੀ ਕੁਝ ਬੱਚਿਆਂ ਦੇ ਟੈਸਟ ਹੋਏ ਸੀਗੇ ਜਿਨ੍ਹਾਂ ਦੇ ਅਪਾਇੰਟਮੈਂਟ ਆਉਂਦੀ ਹੁੰਦੀ ਹੈ ਉਹ ਆਈ ਸੀਗੀ ਬੱਚਿਆਂ ਦੇ ਪੇਪਰ ਆਏ ਸੀਗੇ ਮੇਰੇ ਬੱਚੇ ਨੇ ਪੇਪਰ ਦਿੱਤਾ ਨਹੀਂ ਸੀ ਕੋਈ ਅਸੀਂ ਘਰੇ ਚੱਲੇ ਗਏ ਤੇ ਦੋਵੇਂ ਮੈਨੂੰ ਫੋਨ ਆਇਆ ਮੇਰੀ ਵਾਈਫ ਦਾ ਰੋਂਦੀ ਪਈ ਸੀ ਕਹਿੰਦੀ ਨਾ ਆਪਣੀ ਬੇਟੀ ਦਾ ਨਾਮ ਟੋਪ ਤੇ ਆ ਸਮਨਸਿਸ ਦੇਵ ਲਿਖਿਆ ਹੈ ਪਰ ਟੋਪ ਤੇ ਨਾਮ ਲਿਖਿਆ ਹੈ ਬੱਚਾ ਪਾਸ ਹੋ ਗਿਆ ਫਰਸਟ ਹੋ ਗਿਆ ਪੇਪਰ ਦਿੱਤਾ ਨਹੀਂ ਬੱਚਾ ਫਰਸਟ ਹੋ ਗਿਆ ਤੇ ਉਹ ਪ੍ਰਿੰਸੀਪਲ ਨੇ ਸਾਨੂੰ ਬੁਲਾਇਆ ਤੁਸੀਂ ਕੀ ਕੀਤਾ ਮੈਂ ਕਿਹਾ ਕੁਝ ਨਹੀਂ ਕੀਤਾ ਤਕਾਈ ਨਹੀਂ ਤੁਹਾਡਾ ਬੱਚਾ ਨਾ ਟੋਪ ਤੇ ਲਿਖਿਆ ਤੁਸੀਂ ਪੇਪਰ ਦਿੱਤਾ ਨਹੀਂਗਾ ਤਾਂ ਨਾਮ ਟੋਪ ਤੇ ਆ ਗਿਆ ਬੱਚੇ ਦਾ ਇਸ ਗੱਲ ਨੂੰ ਫਿਰ ਮੈਡਮ ਨੇ ਰਿਕੁਐਸਟ ਕੀਤੀ ਤੁਹਾਨੂੰ ਪਾਸ਼ਾ ਜੀ ਨੇ ਥਾਲੀ ਪ੍ਰੋਸਕੀਤੀ ਆ ਬੱਚੇ ਨੂੰ ਧਿਆਨ ਕਹਿਣਾ ਹੁਣ ਧਿਆਨ ਨਾ ਪੜੇ ਉਹ ਫਿਰ ਉਹ ਸ਼ੁਕਰੀਆ ਕਰਨ ਲਈ ਸੱਚ ਪਾਸ਼ਾ ਕੋਲੇ ਮੈਂ ਦੁਆਰਾ ਫਿਰ ਭੈਣ ਸਾਹਿਬ ਗਿਆ ਸ਼ੁਕਰੀਆ ਪਾਸ਼ਾ ਜੀ ਕੀਤਾ ਤੇ ਇਸ ਇਸ ਤਰ੍ਹਾਂ ਇੱਕ ਸਾਕੀ ਹੋ ਰਹੀ ਹੈ ਮੈਨੂੰ ਖੰਨ ਬਾਣੀ ਤਰਨ ਵਿੱਚ 32 ਹੋ ਗਈ ਸੀ ਤੇ ਮੇਰਾ ਲਾਸਟ ਟਾਈਮ ਨੂੰ ਲੱਗਾ ਖਤਮ ਹੋ ਗਿਆ ਮੈਂ ਸਭ ਜਗਜੀਤ ਸਿੰਘ ਆ ਕੇ ਬਹਿ ਕੇ ਕੋਲ ਕਹਿੰਦੇ ਹਰਦਮਨ ਜਾਣ ਨਹੀਂ ਹੁੰਦਾ ਤੇ ਪਾਸ਼ਾ ਕਾਂ ਤੇਰੀ ਫੈਕਟਰੀ ਨਾ ਇੱਕ ਨਾ ਮੰਗਾਂ ਵਾਲੀ ਆਂਦੀ ਹੁੰਦੀ ਆ ਦਬਾਹ ਟਾਈਮ ਰੋਟੀ ਮੰਗਣ ਅੱਜ ਫੇਰ ਆਏਗੀ ਉਹ ਤੇ ਉਹਨੂੰ ਤੂੰ ਦੋ ਪਛਾਦਾਂ ਪਰ ਨਾ ਅਚਾਰ ਰੱਖ ਕੇ ਦੇਣਾ ਅਮਦਾਤ ਉਹਨਾਂ ਕਹਿੰਣਾ ਭੱਜਾ ਨਹੀਂ ਬਣਿਆ ਆ ਭੱਜਾ ਨਹੀਂ ਦੇਣਾ ਉਹਨੂੰ ਨਾਲ ਜੇ ਪੈਸੇ ਮੰਗੇ 10-5 ਰੁਪਏ ਦੇ ਦੇ ਤੂੰ ਐਦਾਂ ਹੀ ਉਹ ਗੇੜ ਖੜਕਾਇਆ ਮਾਈ ਨੇ ਤੇ ਮੈਂ ਗੇੜ ਖੋਲਿਆ ਮੈਂ ਕਿਹਾ ਮਾਈ ਮੈਂ ਕਿਹਾ ਅੱਜ ਨਾ ਭੱਜਾ ਨਹੀਂ ਹੈਗਾ ਨੇ ਕਹਿੰਦੀ ਫੇਰ ਐਂ ਕਰ ਪਛਾਦ ਦੇ ਉੱਪਰ ਉਹਨੂੰ 4 ਦੇ ਦੇ ਮੈਨੂੰ ਨਾਲ 10 ਰੁਪਏ ਦੇ ਦੇ ਉਹਨੇ ਖਾਦਾ ਤੇ ਚੱਲ ਗਈ ਇਸ ਤਰ੍ਹਾਂ ਉਹ 32 ਸਾਲ ਦੀ ਗੱਲ ਹੈ ਤੇ 35 ਸਾਲ ਦੀ ਅਸ ਤੱਕ ਮੈਂ ਓਕੇ ਆ ਕੋਈ ਕੁਝ ਵੀ ਮੈਨੂੰ ਬਿਮਾਰੀ ਨਹੀਂ ਲੱਗੀ ਉਸ ਤੋਂ ਬਾਅਦ ਇਸ ਤਰ੍ਹਾਂ ਇਹ ਸਭ ਜਗਜੀਤ ਸਿੰਘ ਹੋ ਸਾਕੀ ਹੈਗੀ ਆ ਪਾਸ਼ਾ ਜੀ ਕਹਿੰਦੇ ਨਹੀ ਆ ਇੱਥੇ ਅਸੀਂ ਆਏ ਅੰਗੂਰਾ ਡੱਬਾ ਲੈ ਕੇ ਤੇ ਜਨਾ ਮੈਂ ਤੇ ਮੇਰੀ ਵਾਈਫ ਸੀਗੇ ਗੇਟ ਤੇ ਖੜੇ ਤੇ ਪਾਸ਼ਾ ਜੀ ਸਾਡੇ ਕੋਲੋਂ ਲੰਘ ਗਏ ਮੈਂ ਉਹਨੂੰ ਕਿਹਾ ਸੀ ਵਾਈਫ ਨੂੰ ਆਪਣੀ ਹੱਲੇ ਆਪਾਂ ਲੰਗਰ ਨਹੀਂ ਛੱਕਦੇ ਪਾਸ਼ਾ ਜੀ ਵੇਟ ਕਰਦੇ ਆ ਪਾਸ਼ਾ ਜੀ ਪੰਜੋ ਚਲੇ ਜਾਂਦੇ ਆ ਕਹਿੰਦੇ ਨਹੀਂ ਪਾਸ਼ਾ ਸਾਹ ਛੱਕ ਲਿਆ ਬਹੁਤ ਲੱਗੀ ਹੋਈ ਹੈ ਚਲੋ ਫਿਰ ਛੱਕਿਆ ਬਸਾ ਦਾ ਜੋ ਗੇਟ ਤੇ ਪਾਸ਼ਾ ਜੀ ਕੋਲੋਂ ਲੰਘ ਗਏ ਬੜਾ ਦਿਲ ਟੁੱਟਿਆ ਮੈਂ ਕਿਹਾ ਕੰਮ ਖਰਾਬ ਹੋ ਗਿਆ ਦੇਖੋ ਜੀ ਯਾਗ ਦਾ ਸੱਚ ਬਾਸ਼ਾ ਦੋ ਮਿੰਟ ਹੋਰ ਖੜੇ ਅੰਦਾ ਦਰਸ਼ਨ ਗਾਲੇ ਅੰਦਰ ਜਦੋਂ ਦੇਖਿਆ ਤਾਂ ਪਾਸ਼ਾ ਜੀ ਗੱਡੀ ਘੁੰਮ ਕੇ ਸਾਡੇ ਸਾਹਮਣੇ ਆ ਕੇ ਅੰਦਰ ਆਇਓ ਪਾਸ਼ਾ ਜੀ ਦਾ ਮੂਡ ਬਦਲ ਗਿਆ ਜਾਂ ਤਾਂ ਨੀਲੋ ਜਲੇ ਸੀ ਪਾਸ਼ਾ ਜੀ ਤੁਸੀਂ ਆਓ ਦਰਸ਼ਨ ਕਰੋ ਆਗੇ ਇਸ ਤਰ੍ਹਾਂ ਹੁੰਦਾ ਦਰਸ਼ਨ ਪਾਸ਼ਾ ਜੀ ਹੋ ਜੇ ਇੱਕ ਸਾਖੀ ਸਾਉ ਉਧਰ ਸੰਗੀ ਹੀ ਹੈਗੀ ਆ ਸ਼ੁਰੂ ਤੋਂ ਮੈਨਾਂ ਨੂੰ ਮੰਨਦਾ ਨਹੀਂ ਸੀਗਾ ਤੇ ਅਸੀਂ ਨਾ ਇਹਦੀ ਬੱਚੇ ਪ੍ਰੋਬਲਮ ਆਈ ਤੇ ਮੈਂ ਉਹਨਾਂ ਨੂੰ ਅਰਜ਼ ਕਰ ਲਈ ਨਾ ਅੰਮ੍ਰਿਤਸਰ ਗਿਆ ਅੰਮ੍ਰਿਤਸਰ ਗਿਆ ਤੇ ਆਪ ਦੋਸਤਾਂ ਨੂੰ ਕਿਹਾ ਮੈਂ ਦੋਸਤ ਮੇਰਾ ਨਾਸ ਸੀਗਾ ਹਵਨ ਟੀਮ ਸਾਡੀ ਬਣੀ ਹੋਈ ਆ ਅਸੀਂ ਉਹਨਾਂ ਨਾਲ ਗਿਆ ਤੇ ਉਹਨਾਂ ਨੇ ਕਿਹਾ ਪਾਸ਼ਾਹੀ ਨੇ ਮেরে ਨਾ ਕੁੜਮਾ ਕਰ ਜਾਣਾ ਸੰਤ ਅਫਤਾਰ ਸਿੰਘ ਜੀ ਪ੍ਰਧਾਨ ਸਾਡੇ ਹੈਗੇ ਆ ਪਰ ਮੇਰੇ ਕੁੜਮਾ ਕਰ ਜਾਣਾ ਆਪਾਂ ਪਹਿਲੇ ਤੁਸੀਂ ਚਲਦੇ ਆਂ ਪੋਗ ਪੈਣ ਵਾਲੇ ਹੀ ਆ ਪਹਿਲੇ ਪਹੁੰਚ ਜਾਨੇ ਪਾਸ਼ਾਹੀ ਵੱਲੇ ਮੈਂ ਕਿਹਾ ਚਲ ਠੀਕ ਹੈ ਅਸੀਂ ਪਹੁੰਚੇ ਉੱਥੇ ਗੁਲਾਬ ਹੌਲ ਡਿੱਗੇ ਸੀ ਮੈਨ ਲੱਗਿਆ ਸਾਧੂ ਉਹਦੇ ਸਿੰਘ ਜੀ ਇਆਂ ਅੰਦਰ ਹੈਗੇ ਨੇ ਜਾਂ ਚੱਲੇ ਗਏ ਅਸੀਂ ਅੰਦਰ ਗਏ ਤਾਂ ਪਾਸ਼ਾਹੀ ਹੈ ਨਹੀਂ ਸੀ ਫੇਰ ਮੈਂ ਨਰਾਸ਼ ਹੋ ਕੇ ਬਹਿ ਗਿਆ ਦੋਸਤ ਯਾਰ ਖਾਣ ਪੀਣ ਲੱਪੇ ਮੇਰਾ ਧਿਆਨ ਪਾਸ਼ਾਹੀ ਵੱਲ ਮੈਂ ਸੱਚ ਪਾਸ਼ਾ 2 ਮਿੰਟ ਤੋਂ ਖੜੇ ਹੰਦਾ ਤੇਰਾ ਕੀ ਵਿਗੜਦਾ ਇੰਨੀ ਕਾ ਸੋਚ ਰਿਹਾ ਤੇ ਉਹਨਾਂ ਨੂੰ ਜਵਾਈ ਨੂੰ ਫੋਨ ਆ ਗਿਆ ਅਏ 5 ਮਿੰਟ ਚ ਆ ਜਾ ਅਰਜ਼ ਕਰਨੀ ਹੈ ਨਿਆਣੀ ਆ ਮੈਨੂੰ ਕਹਿੰਦੇ ਤੁਸੀਂ ਕਿਹਨਾਂ ਅਰਜ਼ ਕਰਨੀ ਸੀ ਮੈਂ ਕਹਿੰਦਾ ਮੈਂ ਵਾਜੀ ਮੈਂ ਅਰਜ਼ ਕਰਨੀ ਸੀ ਕਦੇ ਭਾਜੀ 5 ਮਿੰਟ ਚ ਆ ਜਾਓ ਬਾਸੇ ਕਹਿੰਦਾ ਮੈਂ ਬਹੁਤ ਦੂਰ ਲੰਘਿਆ ਸੀਗਾ ਫਿਰ ਮੈਂ ਭਜੇ ਭਜੇ ਅਸੀਂ ਆਪਣੀ ਠਾਵਣ ਟੀਮ ਫਰਟ ਅਸੀਂ ਗੱਡੀ ਚੱਕੀ ਤੇ ਰੋਡ ਤੇ ਪਹੁੰਚ ਗਏ ਤੇ ਮੈਂ ਰੋਡ ਤੇ ਗੱਡੀ ਸਾਈਡ ਤੇ ਲੈ ਖੜ ਗਿਆ ਹੱਜੋੜੇ ਤੇ ਪਾਸ਼ਾ ਜੀ 2 ਮਿੰਟ ਚ ਮੇਰੇ ਮੂਰੇ ਖੜ ਗਏ ਆ ਕੇ ਮੈਂ ਹੱਥ ਦੀ ਜੋੜੇ ਸੱਚ ਪਾਸ਼ਾ ਐਦੇ ਪਾਸ਼ਾ ਜੀ ਮੈਂ ਗੱਡੀ ਬੈ ਕੇ ਐਦਾਂ ਹੀ ਬੈਠੇ ਰਹੇ ਅਏ ਹਾਂ ਬੋਲ ਬੇਟਾ ਤੇ ਗੱਲ ਪੂਰੀ ਹੋਈ ਉੱਥੇ ਚੱਲੀ ਸਾਡੀ ਆ ਕਰਵਾ ਕਰਨਗੇ ਤੇ ਉਧਰੋਂ ਦੋ ਗੱਡੀਆਂ ਹੋਰ ਭਰ ਕੇ ਨਾਮਤਰੀ ਨੇ ਆ ਗਈਆਂ ਉਹ ਕਹਿੰਦੇ ਅਸੀਂ ਅਰਜ਼ੀ ਕਰਨੀ ਹੈ ਕਹਿੰਦੇ ਨਹੀਂ ਸੱਚ ਬੱਸ ਕਹਿੰਦੇ ਮੈਂ ਇਹਦੇ ਲਈ ਆਇਆ ਸੀਗਾ ਵੀ ਸ਼ੀਸ਼ਾ ਉੱਪਰ ਚੱਕ ਚੱਲੀਏ ਨਾਲ ਸੀ ਬਠਾ ਅਸ਼ਵਾਲ ਜੀ ਕਹਿੰਦੇ ਸ਼ੀਸ਼ਾ ਉੱਪਰ ਚੱਲੀਏ ਇੰਨੇ ਕਾ ਕੇ ਸੱਚ ਬੱਸ ਜੀ ਚਿੱਲ ਗਏ ਦੇਖਦੇ ਰਹੋ ਜੀ ਨਾਮਤਰੀ ਮੀਡੀਆ ਇੰਡੀਆ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ